इस वीडियो को लाइक करें हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए हादसा भी इजहार जहा हों एक किस्म का प्यार जहा ही हों सजन खाली कोलों ही लंघ जावन ते ਕੋਈ ਦਿਨ ਤਿਹਾਰ ਜਿਹਾ ਹੁੰਦਾ ਏ ਚੰਨਾ ਚੰਨ ਨੂੰ ਖਰੇ ਕੀ ਕੀਤਾ ਈ ਜਦ ਦੇਖਾਂ ਬਿਮਾਰ ਜਿਹਾ ਹੀ ਹੁੰਦਾ ਏ ਮਾੜੇ ਤੇ ਮਜ਼ਦੂਰ ਦੇ ਕਿਉਂ ਚਾਵਾ ਦਾ ਗਲਮਾ ਤਾਰੋ ਤਾਰ ਜੇ ਆਈ ਹੁੰਦਾ ਏ ਅਸਲਾਮੁਅਲੈਕਮ ਆ ਗਿਆ ਤੁਹਾਡਾ ਯਾਰ ਮਲਕ ਦੋਸਤੋ ਕੀ ਹਾਲੇ ਤੁਹਾਡਾ ਠੀਕ ਠਾਕ ਹੋ ਅੱਲਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਵੱਡਿਆਂ ਨੂੰ ਸੇਤ ਤੰਦਰੁਸਤੀ ਦੇਵੇ ਜੀ ਤੇ ਅੱਜ ਮੈਂ ਲੈ ਕੇ ਆਇਆ ਜੀ ਮੇਨੇ ਦੋਸਤ ਕਹਿੰਦੇ ਸਨ ਵਾਵਾ ਦੇਰ ਦੇ ਕਿ ਜੀ ਮਲਕ ਸਾਹਿਬ ਤੁਹਾਡੇ ਕੋਲੋਂ ਅਰਾਨੀ ਤਿੱਤਰ ਦੇ ਬੱਚੇ ਜਿਹੜੇ ਨੇ ਜਦੋਂ ਆਣ ਤਾਂ ਸਾਨੂੰ ਜ਼ਰੂਰ ਦਿਖਾਇਆ ਜਾਏ ਤੇ ਜਨਾਬ ਹੈ ਬੱਚੇ ਜਿਹੜੇ ਨੇ ਇਹ ਆ ਗਏ ਨੇ ਇਹ ਇੱਕ ਹਫ਼ਤੇ ਦੇ ਬੱਚੇ ਨੇ ਜੀ ਠੀਕ ਹੈ ਨਾ ਜੀ ਤੇ ਇਹ ਜਨਾਬ ਹੁਣ ਮਾਂ ਬਾਪ ਨਾਲ ਚੁਗਦੇ ਪਏ ਨੇ ਤੇ ਇਹਨਾਂ ਨੂੰ ਜਨਾਬ ਜਿਹੜਾ ਉਹ ਦਿਨ ਲੱਗਣੇ ਨੇ ਵੱਡੇ ਹੋਣ ਤੇ ਤੇ ਬੜੇ ਜ਼ਬਰਦਸਤ ਨੇ ਕਿਸੇ ਨੇ ਛੋਟੇ ਲੈਣੇ ਹੁਣ ਤੇ ਉਹ ਵੀ ਮਿਲਣਗੇ ਮਗਰ ਉਹ ਮਹੀਨੇ ਡੇਢ ਦੇ ਕਰਕੇ ਫਿਰ ਦਵਾਂਗੇ ਤਾਂ ਕਿ ਇਹਨਾਂ ਮੌਸਮ ਹੀ ਹੁਣ ਜਰਾ ਥੋੜਾ ਜਿਹਾ ਠੰਡਾ ਹੈ ਨਾ ਤੇ ਇਸ ਵਜ੍ਹਾ ਤੇ ਫਿਰ ਉਹ ਦੋਸਤਾਂ ਨੂੰ ਪਾਲਣ ਚ ਸਾਨੀ ਹੋ ਜਾਵੇ ਤੇ ਇਹ جناب ਬਹੁਤ ਪਿਆਰੇ ਬੱਚੇ ਨੇ ਮਾਸ਼ਾਅੱਲਾ ਤੇ ਜਿਹੜੇ ਵੀ ਇਹਨੂੰ ਦੋਸਤ ਨੂੰ ਚਾਹੀਦੇ ਹੋਣ ਤੇ ਸਾਡੇ ਕੋਲੋਂ ਜਨਾਬ ਮੰਗਾ ਸਕਦਾ ਹੈ ਕਾਰਗੋ ਦੀ ਸੇਵਾ ਜਿਹੜੀ ਹੈ ਜੀ ਪੂਰੇ ਪਾਕਿਸਤਾਨ 'ਚ ਮੌਜੂਦ ਹੈ ਜੀ ਤੇ ਇਹ ਜਨਾਬ ਅਸੀਂ ਉੱਥੇ ਪਹੁੰਚਾ ਦੇਵਾਂਗੇ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਮਗਰ ਇਹ ਮਿਲਣਗੇ ਜਰਾ ਥੋੜੀ ਦੇਰ ਤੱਕ ਤੇ ਹਲੇ ਛੋਟੇ ਨੇ ਠੀਕ ਹੈ ਨਾ ਜੀ ਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਦਾ ਬਟਨ ਹੁੰਦਾ ਜੀ ਤੇ ਉਹਨੂੰ ਦਬਾ ਦਿਆ ਕਰੋ ਇਹ ਜਨਾਬ ਅਸੀਂ ਇਹਨਾਂ ਦੇ ਥੱਲੋਂ ਕਢਵਾਏ ਨੇ ਇਹ ਉਹ ਦੂਸਰੇ ਨਹੀਂ ਏ ਜਿਹੜੇ ਉਹਦੋਂ ਮਸ਼ੀਨ ਚੋਂ ਕਢਾਈਦੇ ਨੇ ਠੀਕ ਹੈ ਨਾ ਜੀ ਤੇ ਇਹ ਜਨਾਬ ਅੱਲਾ ਦੇ ਫضل ਨਾਲ ਫਾਰਮ ਤੇ ਅਸੀਂ ਉਹ ਮੋਲ ਦਿੱਤਾ ਵੇ ਤੇ ਜਿਹੜਾ ਇਹਨਾਂ ਨੂੰ ਮੋਲ ਚਾਹੀਦਾ ਹੁੰਦਾ ਠੀਕ ਹੈ ਨਾ ਜੀ ਤੇ ਇਹ ਜਨਾਬ ਮਾਸ਼ਾਅੱਲਾ ਜਿੰਨੇ ਅੰਡੇ ਪਾਏ ਸਨ ਉਹ ਸਾਰੇ ਅੱਲਾ ਦੇ ਫਜ਼ਲ ਨਾਲ ਨਿਕਲੇ ਨੇ ਜੀ ਉਹਦੇ ਚ ਇੱਕ ਕੰਡਾ ਵੀ ਜ਼ਾਇਆ ਨਹੀਂ ਹੋਇਆ ਤੇ ਐ ਤੁਸੀਂ ਦੇਖ ਸਕਦੇ ਹੋ ਹੈਲਦੀ ਮੋٹے ਤਾਜ਼ੇ ਤੇ ਖਾਂਦੇ ਪੀਂਦੇ ਤੇ ਬਹੁਤ ਮਾਸ਼ਾਅੱਲਾ ਅੱਛੀ ਬ੍ਰੀਡ ਹੈ ਔਰ ਇਹ ਤੁਹਾਨੂੰ ਦੱਸਾਂਗੇ ਤੁਸੀਂ ਇਹ ਨਰਮਾਦੀ ਦੇਖ ਸਕਦੇ ਹੋ ਨਾ ਵੱਡੀ ਇਹਨਾਂ ਦੇ ਮਾਂ ਪਿਓ ਤੇ ਉਹ ਜਨਾਬ ਮੋٹے ਤੇ ਵੱਡੇ ਸਾਈਜ਼ ਵਾਲੇ ਨੇ ਸਾਡੇ ਕੋਲ ਛੋਟੇ ਸਾਈਜ਼ ਵਾਲੇ ਨਹੀਂ ਹੁੰਦੇ ਜਿਹੜੇ ਦੇਸੀ ਮਿਕਸ ਹੁੰਦੇ ਨੇ ਨਾ ਉਹ ਨਹੀਂ ਹੁੰਦੇ ਅਸੀਂ ਜਿਹਨੇ ਬ੍ਰੀਡ ਰੱਖੀ ਹੈ ਇਹੇ ਦੋਸਤਾਂ ਨੂੰ ਮੈਂ ਕਹਿੰਦਾ ਨਵਾਂ ਕਿ ਜਿਹੜੀ ਚੀਜ਼ ਵੀ ਰੱਖਣੀ ਹੈ ਉਹ ਥੋੜੀ ਰੱਖੋ ਮਗਰ ਅੱਛੀ ਰੱਖੋ ਸੋਹਣੀ ਲੱਗੇ ਤੁਹਾਨੂੰ ਠੀਕ ਹੈ ਨਾ ਜੀ ਖਾਣ ਵਾਸਤੇ ਤੇ ਤੁਸੀਂ ਉਹਨੂੰ ਵੀ ਦੇਣਾ ਹੈ ਕਿ ਜਿਹੜਾ ਮਿਕਸ ਬ੍ਰੈਡ ਹੋਏਗੀ ਤੇ ਇਹਨੂੰ ਵੀ ਦੇਣਾ ਜਿਹੜੀ ਖਾਲਸ ਹੋਏਗੀ ਇਸ ਲਈ ਇਹਦੇ ਬੱਚੇ ਤੁਹਾਨੂੰ ਬੱਚੇ ਵੀ ਵੱਡੇ ਵੀ ਸਾਰੇ ਸੋਹਣੇ ਲੱਗਣਗੇ ਤੇ ਇਹ ਤੁਸੀਂ ਅੱਛੀ ਚੀਜ਼ ਰੱਖਿਆ ਕਰੋ ਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਦਾ ਬਟਨ ਹੈ ਜੀ ਉਹਨੂੰ ਤੁਸੀਂ ਦਬਾਣਾ ਹੁੰਦਾ ਤੇ ਮੇਰੀ ਹਰ ਆਨ ਵਾਲੀ ਵੀਡੀਓ ਜਿਹੜੀ ਉਹ ਜਨਾਬ ਤੁਹਾਡੇ ਤੱਕ ਪਹੁੰਚ ਜਾਵੇ ਤੇ ਸਾਡੇ ਕੋਲ ਜਨਾਬ ਕਾਲੇ ਦੇ ਵੀ ਬੱਚੇ ਇੱਕ ਦੋ ਦਿਨਾਂ ਤੱਕ ਆਣ ਵਾਲੇ ਨੇ ਤੇ ਹੋਰ ਵੀ ਮੈਂ ਕਾਫੀ ਸਾਰੀ ਵੀਡੀਓ ਲਾਈਆਂ ਨੇ ਇਹਨਾਂ ਦੇ ਜਿਹੜਾ ਦੇਖਭਾਲ ਵਾਸਤੇ ਇਹਨਾਂ ਦੀ ਖੁਰਾਕ ਦੇ ਬਾਰੇ ਤੇ ਉਹ ਵੀ ਤੁਸੀਂ ਜਾ ਕੇ ਮੇਰਾ YouTube ਤੇ ਚੈਨਲ ਹੈ ਜੀ ਮਲਖ ਹੰਡਰ ਦੇ ਨਾਮ ਤੇ ਉਹ ਵੀ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਕਾਫੀ ਅੱਛੀਆਂ-ਅੱਛੀਆਂ ਵੀਡੀਓ ਜਿਹੜੀਆਂ ਨੇ ਉਹ ਮਿਲਣਗੀਆਂ ਤੇ ਮੇਰੇ ਲਾਈਕ ਸ਼ੇਅਰ ਬੜੇ ਘਟ ਨੇ ਜੀ ਤੇ ਇਸ ਲਈ ਇੱਕ ਜਿਹੜਾ ਉਹ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਤੁਸੀਂ ਦਬਾ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੇਰੇ ਜਨਨ ਵਾਲੇ ਔਰ ਮੇਰੇ ਪਿਆਰ ਕਰਨ ਵਾਲੇ ਜੀ ਜਿਹੜੇ ਨੇ ਉਹ ਕਿੱਥੇ-ਕਿੱਥੇ ਨੇ ਤੇ ਔਰ ਕਿਨੇ ਨੇ ਠੀਕ ਹੈ ਨਾ ਜੀ ਇਹ ਮਿਹਰਬਾਨੀ ਹੈ ਤੁਹਾਡੀ ਤੇ ਦੋਸਤੋ ਮੇਰਾ WhatsApp ਨੰਬਰ ਜਿਹੜਾ ਨੋਟ ਕਰ ਲਓ 03 0, 03 4 8 5 8 2 7 3 ਇਹ ਮੇਰਾ WhatsApp ਨੰਬਰ ਹੈ ਜੀ ਇਹਦੇ ਤੇ ਦੋਸਤ ਮੇਰੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਤੁਹਾਨੂੰ ਇਹਦੇ अरानी ਦੇ ਬੱਚੇ ਚਾਹੀਦੇ ਹੁਣ अरानी तितਰ ਦੇ ਤੇ ਉਹ ਜਨਾਬ ਤੁਹਾਨੂੰ ਜਿਹੜਾ ਉਹ ਮਿਲ ਜਾਣਗੇ ਇਹ ਫਾਰਮ ਦੇ ਨੇ ਸਾਡੇ ਜਨਾਬ ਤੇ ਬੜੇ ਅੱਛੇ ਨੇ ਔਰ ਲਾਗੇ ਲਾਗੇ ਤੁਹਾਡੇ ਫਿਰਨਗੇ ਵੱਡੇ ਜੋੜੇ ਵੀ ਹੋਣਗੇ ਉਹ ਵੀ ਤੁਹਾਡੇ ਲਾਗੇ ਲਾਗੇ ਫਿਰਨਗੇ ਦੂਰ ਨਹੀਂ ਜਾਣਗੇ ਮੁਰਗੀਆਂ ਵਾਂਗੂ ਅਸੀਂ ਜਿਹੜਾ ਇਹਨਾਂ ਨੂੰ ਜਨਾਬ ਰੱਖਿਆ ਤੇ ਸਾਡੇ ਕੋਲ ਜਨਾਬ ਇਹ ਸ਼ਿਕਾਰ ਦੇ ਮੁਤਲਕ ਸਾਰੀਆਂ ਸ਼ੇਵਾਂ ਹੁੰਦੀਆਂ ਨੇ ਤੇ ਸਾਡੇ ਕੋਲ ਤੁਹਾਨੂੰ ਪੁਆਇੰਟਰ ਕੁੱਤੇ ਵੀ ਜਿਹੜੇ ਨੇ ਉਹ ਵੀ ਮਿਲਣਗੇ ਸ਼ਿਕਾਰ ਤੇ ਲੱਗੇ ਹੋਏ ਠੀਕ ਹੈ ਨਾ ਜੀ ਅੱਛੇ ਵਾਲੇ ਤੇ ਅਸੀਂ ਜਿਹੜੀ ਚੀਜ਼ ਵੀ ਰੱਖੀ ਏ ਸਾਡੇ ਕੋਲ ਉਹ ਇੰਪੋਰਟਡ ਚੀਜ਼ ਹੁੰਦੀ ਏ ਲੋਕਲ ਚੀਜ਼ ਸਾਡੇ ਕੋਲ ਨਹੀਂ ਹੁੰਦੀ ਤੇ ਅਸੀਂ ਜਨਾਬ ਉਹ ਅੱਛੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਫਾਰਮ ਤੇ ਰੱਖੀਆਂ ਹੁੰਦੀਆਂ ਨੇ ਤੇ ਅਸੀਂ ਜਨਾਬ ਇਹਨਾਂ ਤੇ ਵੀ ਅੱਲਾ ਦੇ ਫਜ਼ਲ ਨਾਲ ਅਸੀਂ ਹਰ ਚੀਜ਼ ਦਾ ਜਿਹੜਾ ਲਾਇਸੈਂਸ ਬਣਾਇਆ ਹੁੰਦਾ ਦੇਖੋ ਚੀਜ਼ ਰੱਖਣੀ ਹੈ ਨਾ ਤੁਸੀਂ ਤੇ ਚੀਜ਼ ਦਿਲ ਨਾਲ ਲਾ ਕੇ ਰੱਖੀ ਹੈ ਜੀ ਉਹਦੀ ਹਰ ਚੀਜ਼ ਦਾ ਜਿਹੜਾ ਉਹ ਸੀ ਲਾਇਸੈਂਸ ਬਣਾਇਆ ਤਿੱਤਰਾਂ ਦਾ ਵੀ ਬਣਾਇਆ ਡੌਕ ਰੱਖੇ ਕੁੱਤੇ ਰੱਖੇ ਨੇ ਉਹਨਾਂ ਦਾ ਵੀ ਬਣਾਇਆ ਠੀਕ ਹੈ ਨਾ ਜੀ ਸਾਡੇ ਕੋਲ ਜਿੰਨੀਆਂ ਚੀਜ਼ਾਂ ਨੇ ਤੇ ਦੋਸਤੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆਪਣੇ ਡੇਰੇ ਡੂਰੇ ਤੇ ਚੀਜ਼ ਅਗਰ ਰੱਖੀ ਹੈ ਨਾ ਤੇ ਉਹਦਾ ਵਾਈਲਡਲਾਈਫ ਕੋਲੋਂ ਲਾਇਸੈਂਸ ਲਿਆ ਕਰੋ ਉਹ ਵਾਈਲਡਲਾਈਫ ਜਿਹੜੀ ਉਹ ਬਹੁਤ ਤੁਹਾਨੂੰ ਇੱਜ਼ਤ ਦਿੰਦੀ ਹੈ ਜੀ ਤੁਹਾਡੇ ਨਾਲ ਪਿਆਰ ਕਰੇਗੀ ਜਦੋਂ ਤੁਸੀਂ ਦਫ਼ਤਰ ਜਾਓਗੇ ਲਾਇਸੈਂਸ ਬਣਾਓਗੇ ਤੁਹਾਨੂੰ ਬਾਇਜ਼ਤ ਤਰੀਕੇ ਨਾਲ ਕੁਰਸੀ ਤੇ ਬਿਠਾਣਗੇ ਔਰ ਤੁਹਾਨੂੰ ਦੱਸਣਗੇ ਕਿ ਸਰ ਇਹਨੇ ਇਹਦੀ ਫੀਸ ਹੈ ਤੇ ਇਹਨੇ ਇਹਨੇ ਦੇ ਦਿਓ ਉਹ ਫਿਰ ਤੁਹਾਨੂੰ ਡਰ ਖਤਰਾ ਕੋਈ ਨਹੀਂ ਹੋਏਗਾ ਤੁਸੀਂ ਜਿਵੇਂ ਮਰਜ਼ੀ ਜਿਹੜਾ ਉਹਨੂੰ ਜਾਨਵਰ ਨੂੰ ਰੱਖੋ ਤੁਹਾਨੂੰ ਇਹ ਨਹੀਂ ਹੋਏਗਾ ਕਿ ਯਾਰ ਉਹ ਵਾਈਲਡ ਲਾਈਫ ਫਲਿਆਂਣਗੇ ਤੇ ਸਾਨੂੰ ਸਾਡੇ ਜਾਨਵਰ ਲੈ ਜਾਣਗੇ ਨਹੀਂ ਤੇ ਇਸ ਲਈ ਜਨਾਬ ਤੁਸੀਂ ਬਾਹਰ ਵੀ ਲਿਜਾ ਸਕਦੇ ਹੋ ਜਾਨਵਰ ਡੇਰੇ ਤੇ ਵੀ ਰੱਖ ਸਕਦੇ ਹੋ ਤੇ ਉਹ ਥੋੜੀ ਜੀ ਫੀਸ ਹੁੰਦੀ ਹੈ ਦੋਸਤੋ ਗਵਰਨਮੈਂਟ ਦੇ ਜਿਹੜੇ ਕਾਗਜ਼ ਨੇ ਉਹ ਤੁਹਾਡੇ ਕੋਲ ਪੂਰੇ ਹੋਣੇ ਚਾਹੀਦੇ ਨੇ ਤੇ ਗਵਰਨਮੈਂਟ ਦੇਖੋ ਨਾ ਸਾਨੂੰ ਪਿਆਰ ਕਰਦੀ ਏ ਔਰ ਸਾਡੇ ਲਈ ਉਹ ਬਣੀ ਏ ਕਿ ਜੀ ਅਸੀਂ ਉਹਨਾਂ ਦਾ ਇਤਰਾਮ ਨਹੀਂ ਕਰਾਂਗੇ ਤੇ ਦੋਸਤੋ ਫਿਰ ਕਿਸੇ ਨੇ ਵੀ ਨਹੀਂ ਕਰਨਾ ਇਸ ਲਈ ਤੁਹਾਡੀ ਮਿਹਰਬਾਨੀ ਹੈ ਮੇਰਾ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਨੂੰ ਪੈਗਾਮ ਹੈ ਔਰ ਕਾਫੀ ਦੇਰ ਤੋਂ ਮੈਂ ਵੀਡੀਓ ਆਪਣੀ ਜੀ ਦੱਸ ਰਿਹਾ ਕਿ ਤੁਸੀਂ ਜਨਵਰੀ ਤੇ ਆਪਣਾ ਲੈ ਲੈਂਦੇ ਹੋ ਤੇ ਉਹ ਥੋੜੀ ਜੀ ਫੀਸ ਜਿਹੜੀ ਹੈ ਉਹ ਪੜ ਲਿਆ ਕਰੋ ਉਹ ਕੁੱਤੇ ਦਾ ਵੀ ਜਿਹੜਾ ਉਹ ਜ਼ਿਆਦਾ ਮਹਿੰਗਾ ਲਾਇਸੈਂਸ ਨਹੀਂ ਹੁੰਦਾ ਕੁ 600 700 ਰੁਪਏ ਦਾ ਲਾਇਸੈਂਸ ਹੁੰਦਾ ਠੀਕ ਹੈ ਨਾ ਜੀ ਤੇ ਉਹ ਪੂਰੇ ਸਾਲ ਦੀ ਫੀਸ ਹੁੰਦੀ ਹੈ ਠੀਕ ਹੈ ਨਾ ਕੋਈ ਮਹੀਨੇ 2 ਮਹੀਨੇ ਦੀ ਨਹੀਂ ਹੁੰਦੀ ਪੂਰੇ ਸਾਲ ਦੀ ਫੀਸ ਹੁੰਦੀ ਹੈ ਔਰ ਇਸੇ ਤਰ੍ਹਾਂ ਜਿਹੜਾ ਤਿੱਤਰ ਹੈ ਉਹਦਾ ਵੀ ਇਨੀ ਕੁ ਫੀਸ ਹੁੰਦੀ ਹੈ ਤੇ ਉਹ ਜਨਾਬ ਤੁਸੀਂ ਆਪਣੇ ਡੇਰੇ ਤੇ ਜਿਹੜੀ ਵੀ ਚੀਜ਼ ਰੱਖੀ ਹੋਵੇ ਤੇ ਉਹ ਜਨਾਬ ਤੁਸੀਂ ਉਹਦਾ ਲਾਇਸੈਂਸ ਜ਼ਰੂਰ ਰੱਖੋ ਕਿਉਂਕਿ ਇਹ ਮਹਿਕਮਾ ਜਿਹੜਾ ਉਹ ਤਫਜ਼ ਦਿੰਦਾ ਹੈ ਨਾ ਜਾਨਵਰਾਂ ਨੂੰ ਤੇ ਇਸ ਲਈ ਉਹਨਾਂ ਦੀ ਗੱਲ ਵੀ ਮੰਨਣੀ ਜ਼ਰੂਰੀ ਹੈ ਤੇ ਤੁਸੀਂ ਵੀ ਕਾਨੂੰਨ ਦਾ ਸਾਰਿਆਂ ਦਾ ਮਹਿਕਮੇ ਦਾ ਇਤਰਾਮ ਕਰਿਆ ਕਰੋ ਤੇ ਅਲਮ ਮੀਆਂ ਤੁਹਾਡੇ ਦੇ ਫਜ਼ਲ ਕਰੇਗਾ اور جناب ਤੁਸੀਂ ادارے ਨੇ ਤੇ ਅਸੀਂ ਆ ਸਾਰਾ ਠੀਕ ਹੈ ਨਾ ਜੀ ਤੇ ਇਹ ਸਾਡੇ ਪਿਆਰੇ ਪਾਕਿਸਤਾਨ ਦੇ ادارے ਨੇ ਜਿੰਨੇ ਵੀ ادارے ਨੇ ਇਹਨਾਂ ਦਾ ਸਾਰਿਆਂ ਦਾ ਇਤਰਾਮ ਕਰਨਾ ਸਾਡਾ ਫਰਜ਼ ਬੰਦ ਹੈ ਜੀ ਤੇ ਲਾਇਸੈਂਸ ਲਿਆ ਕਰੋ اور جناب ਤੁਸੀਂ ਤੇ ਦੋਸਤੋ ਮੈਨੂੰ ਵੀ ਦੁਆਵਾਂ ਯਾਦ ਰੱਖਣਾ ਬਹੁਤ ਸ਼ੁਕਰੀਆ ਮੈਂ ਤੁਹਾਡੇ ਲਈ ਦੁਆਵਾਂ ਕਰਨਾ ਅਸਲਾਮੁਅਲੈਕੁਮ